ਨਮਸਕਾਰ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 635 ਜਿਹੜੀ ਪੱਤੀ ਆਈ ਸੀ ਉਸ ਵਿੱਚ ਪਹਿਲੀ ਲਿਸਟ ਤਾਂ ਜਾਰੀ ਕਰ ਦਿੱਤੀ ਸੀ ਡਿਪਾਰਟਮੈਂਟ ਨੇ ਪਰ ਦੂਜੀ ਲਿਸਟ ਹਾਲ ਤੱਕ ਜਾਰੀ ਨਹੀਂ ਕੀਤੀ ਇਹਨਾਂ ਲਿਸਟਾਂ ਜਾਰੀ ਕਰਾਉਣ ਵਾਸਤੇ ਮਾੜੀ ਪੱਕਾ ਤਾਂ ਨਾ ਲੱਗਿਆ ਹੋਇਆ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇ ਹੈਗਾ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਸੋਡੇ ਤੱਕ 6835 5994 ਮਾਸਟਰ ਕੇਡਜ ਜਾਂ ਬੇਰੋਜ਼ਗਰ ਬੇਰੋਜ਼ਗਾਰ ਟਟਪੜ ਜੁਨੀਅਨ ਜਗਤਾਲੀ ਕਾਟੜ ਵਾਲੇ ਕੈਂਡੀਡੇਟ ਬਾਰੇ ਕੋਈ ਵੀ ਨਵੀਂ ਅਪਡੇਟ ਆਉਂਦੀ ਆ ਨਵੀਂ ਕੋਈ ਨਿਊਜ਼ ਆਉਂਦੀ ਆ ਸਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਹੁਣ ਸਕਰੀਨ ਤੇ ਦੇਖ ਸਕਦੇ ਹੋ ਕਿ ਸਾਥੀ ਜਿਹੜੇ ਸਿੱਖਿਆ ਡਾਇਰੈਕਟਰ ਮਹਾਲੀ ਧਰਨੇ ਤੇ ਬੈਠੇ ਹਨ ਕਿਉਂਕਿ ਹਰ ਇੱਕ ਵਾਰ ਤੁਸੀਂ ਦੇਖਿਆ ਵੀ ਭਰਤੀ ਪੂਰੀ ਤਾਂ ਹੁੰਦੀ ਨਹੀਂ ਜਿਵੇਂ 635 ਦੀ ਗੱਲ ਕਰੀਏ ਇਸ ਵਿੱਚ ਹਲ ਤੱਕ ਮਿਲਦਾ 58 ਲਗਭਗ 5800 ਲਗਭਗ ਕੈਂਡੀਡੇਟ ਸਿਲੈਕਟ ਹੋ ਚੁੱਕੇ ਨੇ ਪਰ ਬਾਕੀ ਰਹਿੰਦੇ ਆ ਜੋ ਲਿਸਟ ਹਲ ਤੱਕ ਜਾਰੀ ਨਹੀਂ ਕਰਿਆ ਜੋ ਤਾਰੇ ਸਾਥੀ ਬੈਠੇ ਨੇ ਬੈਠੇ ਨੇ ਉਹਨਾਂ ਵੱਲੋਂ ਵੱਖ-ਵੱਖ ਗਰੁੱਪਾਂ ਵਿੱਚ ਮੈਸੇਜ ਸ਼ੇਅਰ ਕੀਤਾ ਜਾ ਰਿਹਾ ਵੀ ਵੱਧ ਤੋਂ ਵੱਧ ਸਾਥੀ ਐਤਵਾਰ ਨੂੰ ਸ਼ਾਮ ਤੱਕ ਜਾਂ ਸੋਮਵਾਰ ਨੂੰ ਸਵੇਰ 9:00 ਤੱਕ ਭਾਰਤੀ ਡਾਇਰੈਕਟਰ ਬੋਰਡ ਦੇ ਬਾਹਰ ਪਹੁੰਚੋ ਕਿਉਂਕਿ ਹੁਣ ਵਿਭਾਗ ਆਪਣੀ ਪ੍ਰੈਸ਼ਰ ਨੂੰ ਮਹਿਸੂਸ ਕਰ ਰਿਹਾ ਹੈ ਆਪਣੇ ਕੰਮ ਇਸ ਹਫਤੇ ਹੋਣ ਦੇ ਚਾਂਸ ਹਨ ਜੇ ਕੋਈ ਵੀ ਜੇ ਆਪਣੀ ਗਣਤੀ ਵੱਧਦੀ ਹੈ ਤਾਂ ਸਾਰੇ ਸਾਥੀਆਂ ਨੂੰ ਅਪੀਲ ਹੈ ਤੇ ਘੱਟੋ-ਘੱਟ ਇੱਕ ਹਫਤੇ ਦਾ ਸਮਾਂ ਹੋਰ ਕੱਢ ਲਓ ਤਾਂ ਆਪਣਾ ਸਬਰ ਦੀ ਘੜੀ ਹੈ ਆਪਣਾ ਇਹ ਹਫਤਾ ਆਪਾਂ ਨੂੰ ਜਿੱਤ ਵੱਲ ਲੈ ਜਾਵੇਗਾ ਕਿਰਪਾ ਕਰਕੇ ਜਰੂਰ ਪਹੁੰਚੋ ਮੇਰੇ ਕਈ ਕੈਂਡੀਡੇਟ ਨਾਲ ਗੱਲ ਹੋਈ ਆ ਜੋ ਧਰਨੇ ਦੇ ਬੈਠੇ ਨੇ ਉਹਨਾਂ ਨੇ ਇਹੀ ਦੱਸ ਰਿਹਾ ਵੀ ਸੰਪਾਰਟਮੈਂਟ ਕਹਿ ਰਿਹਾ ਵੀ ਲਿਸਟ ਜਾਰੀ ਕਰਾਂਗੇ ਪਰ ਹਾਲ ਤੱਕ ਜਾਰੀ ਨਹੀਂ ਕਰੀ ਉਹਨਾਂ ਨੇ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਔਰੇ ਧਰਨੇ ਤੇ ਸਾਥੀ ਹੋਣ ਉਹਨਾਂ ਨੇ ਅਪੀਲ ਕੀਤੀ ਆ ਵੀ ਵੱਧ ਤੋਂ ਵੱਧ ਜੋ ਬੀੜਤ ਨੇ 635 ਜਨੇ ਨਾਲ ਤੱਕ ਸਿਲੈਕਟ ਹੋ ਚੁੱਕੇ ਆ ਨ ਸਕੂਟਰੀਂ ਕਰਾ ਚੁੱਕੇ ਆ ਨ ਪਰ ਹਾਲ ਤੱਕ ਉਹਨਾਂ ਦੀ ਦੂਜੀ ਲਿਸਟ ਜਾਰੀ ਨਹੀਂ ਹੋਈ ਤੇ ਸਾਰੇ ਸਾਥੀਆਂ ਨੂੰ ਅੱਜ ਸ਼ਾਮ ਅਤੇ ਕੱਲ ਸਵੇਰ ਤੱਕ ਪੱਕੇ ਧਰਨੇ ਤੇ ਪਹੁੰਚਣ ਲਈ ਕਿਹਾ ਗਿਆ ਹੈ। ਤਾਂ ਸਾਰੇ ਸੰਤੀ ਜਿਹੜੇ ਇਸ ਦਿਨਾਂ ਪੀੜਤ ਨੇ ਉਹ ਵੱਧ ਵੱਧ ਪਹੁੰਚਣ ਤਾਂ ਕਿ ਛੋਡੀ ਦੂਜੀ ਲਿਸਟ ਇਸ ਤੀਜੀ ਜਾਰੀ ਹੋ ਸਕੇ।